ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ, ਗੱਲ ਹੋ ਗਈ ਕਿ ਬੱਕਰੀ ਦੀਆਂ ਮੀਂਗਣਾ ਆਪਾਂ ਆਏ ਮਹੀਨੇ ਤੋਂ ਰੇਲ ਗੱਡੀ ਤੇ ਜਾਇਆ ਕਰਨੀਆਂ ਤੇ ਦਿੱਲੀਓ ਮੈਂ ਜਹਾਜ਼ਾਂ ਤੇ ਮੀਂਗਣਾ ਭੇਜਿਆ ਕਰੂੰਗਾ, ਮੀਂਗਣਾ ਦਾ ਪਾਊਡਰ ਬਣੂਗਾ ਤੇ ਪਾਊਡਰ ਤੋਂ ਕੈਂਸਰ ਦੀ ਦਵਾਈ ਬਣੂਗੀ ਤੇ 500 ਰੁਪਏ ਕਿਲੋ ਮੀਂਗਣਾ ਵਿਕਿਆ ਕਰਨੀਆਂ ਕੋਠੇ ਭਰਵਾ। ਤੁਸੀਂ ਕਹਿੰਦੇ ਯਾਰ ਬਾਦਲ ਬੜੀ ਫੈਕਟਰੀ ਹੈ, ਦੇਖਿਓ ਕਿਤੇ ਬਾਦਲ ਦੇ ਮਗਰ ਲੱਗ ਕੇ ਘਰ ਵਾਲੇ ਨੂੰ ਘਰੋਂ ਕੱਢ ਕੇ ਮੀਂਗਣਾ ਦਾ ਕੋਠੇ ਭਰਵਾ ਛੱਡੋ। ਤੁਹਾਡਾ ਕੋਈ ਪਤਾ ਨੀ ਗੱਲਾਂ ਜਾਣੀ, ਬਾਦਲ ਆਈ ਕਹਿੰਦਾ ਨਾ ਕਿਸੇ ਨੇ ਮੀਂਗਣਾ ਜਾਣੀਆਂ ਨਾ ਕਿਤੇ ਹੋਰ, ਕਈ ਵਾਰੀ ਅਮਰੀਕਾ ਬਣਾਇਆ, ਕਈ ਵਾਰੀ ਕਨੇਡਾ ਬਣਾਇਆ, ਕਈ ਵਾਰੀ ਛੱਡੀਆਂ ਤੋਂ ਸੀਮੈਂਟ ਬਣਾਉਣ ਦੀ ਫੈਕਟਰੀ ਲਾਈ ਹੈ, ਕਿਉਂਕਿ ਮੈਂ ਤਾਂ ਮੁਕਤਸਰ ਦਾ ਇਹ ਸਾਰਾ ਅੰਦਰੋਂ ਭੇਜੀ ਬੋਲੂ ਖਾਉਂਦੇ ਰਹਿੰਦੇ ਉੱਤੋਂ ਕੁਰਤੇ ਦਾ ਗਰਾਮ ਨਾ ਬਾਦਲ ਐ ਲਾ ਦਿੰਦਾ। ਅਸੀਂ ਤਾਂ ਟੋਇਲਟ ਪਕੜਦੇ, ਤੁਸੀਂ ਕਹਿੰਦੇ ਯਾਰ ਮੁੰਡੇ ਅਸਲ ਵਿੱਚ ਸਾਡੀਆਂ ਤਾਂ ਬੈਂਕਾਂ ਚ ਮਿਹਨਤਾਂ ਹੀਟਾਂ ਮਾਰ ਜਾਂਦੀਆਂ, ਸਰਕਾਰਾਂ ਉਹਨਾਂ ਦਾ ਮੁਕਾਬਲਾ ਕਰਨ ਨੂੰ ਨਹੀਂ ਫਿਰਦੇ ਵਾਲਾ ਨੂੰ, ਇੱਥੋਂ ਥੱਲੇ ਦਾ ਗਰਾਮ ਐ ਲਾ ਲੈਂਦਾ ਉੱਤੇ ਤੇ ਜੁੱਤੀ ਟੁੱਟੀ ਪਾ ਲੈਂਦਾ, ਇੱਥੇ ਥੋੜੀ ਜਿਹੀ ਦਾਜ ਦੋ ਲੈਂਦਾ ਤੇ ਨਾਲਾ ਥੋੜਾ ਜਿਹਾ ਲਾਉਣਾ ਪਿਆ ਲੈਂਦਾ। ਅਗਲਾ ਕਹਿੰਦਾ ਜੱਟ ਬੜਾ ਸਧਾਰਨ ਹੈ ਯਾਰ, ਇਹਨੂੰ ਵੋਟਾਂ ਪਾ ਲਓ। ਉਹ ਥੱਲੇ ਕੁਤਰ ਕੁਤਰ ਕੇ ਖਾ ਗਏ, ਲੁੱਟ ਕੇ ਖਾ ਗਏ ਪੰਜਾਬ, ਮਾੜਾ ਬੂਟਾ ਵੀ ਕੱਢੋ, ਕੋਈ ਸੁਧਾਰ ਨਹੀਂ ਦੁਨੀਆਂ ਦਾ। ਬਾਦਲ ਸਾਹਿਬ ਦੁਨੀਆਂ ਦੇ ਸਭ ਤੋਂ ਅਮੀਰ ਸਿੱਖ ਹੈ, ਦੁਨੀਆਂ ਦਾ। ਓਏ ਬੱਸਾਂ ਇਹਨਾਂ